10 ਰੁਪਏ ਦੀ ਰੋਟੀ ਤੋਂ ਉਹਨੂੰ ਨੀਂਦਰ ਨਹੀਂ ਸੀ ਆਉਂਦੀ, ਹੁਣ 30 ਦੀ ਰੋਟੀ ਗਰੀਬ ਹੁਣ ਕਿਸ ਤਰ੍ਹਾਂ ਖਾਂਦੇ ਨੇ। ਉਹ ਭੈਣ ਜੀ ਮੇਰੇ ਘਰ ਦਾ 18 ਯੂਨਿਟ ਚੱਲੇ ਨੇ, 230 ਰੁਪਏ ਬਿੱਲ ਆਇਆ ਤੇ 1800 ਰੁਪਏ ਟੈਕਸ ਆਇਆ। ਇਹ ਜਿਹੜੀ ਪਾਰਟੀ ਹੈ ਨਾ, ਇਹ ਲੁਟੇਰਿਆਂ ਦੀ ਪਾਰਟੀ ਹੈ। ਕਿਹੜੀ ਪਾਰਟੀ? ਚਾਚਾ ਜੀ ਤੁਸੀਂ ਕਿਹਨੂੰ ਵੋਟ ਪਾਉਣਾ? ਵੋਟ ਦੇਖੋ, ਮੈਨੂੰ ਸਭ ਤੋਂ ਜ਼ਿਆਦਾ ਜਿਹੜੀ ਪਰੇਸ਼ਾਨੀ ਹੋਵੇ, 10 ਰੁਪਏ ਦੀ ਰੋਟੀ ਹੋਈ ਤੇ ਮਰੀਮ ਬੀਬੀ ਕਹਿੰਦੀ ਮੈਨੂੰ ਨੀਂਦਰ ਨਹੀਂ ਆਉਂਦੀ, ਰਾਤ ਨੂੰ ਮੈਂ ਸੌ ਨਹੀਂ ਸਕਦੀ, ਆਵਾਮ ਭੁੱਖ ਨਾਲ ਮਰ ਗਏ ਨੇ। ਮੇਰੇ ਇਲਾਕੇ 'ਚ 30 ਰੁਪਏ ਦੀ ਰੋਟੀ ਵਿਕ ਰਹੀ ਹੈ। ਕੋਈ ਦੁਨੀਆ ਦਾ ਐਸਾ ਬੰਦਾ ਜਿਹੜਾ ਮਰੀਮ ਬੀਬੀ ਨੂੰ ਜਗਾ ਦੇਵੇ ਕਿ ਬੀਬੀ 30 ਰੁਪਏ ਦੀ ਰੋਟੀ ਹੋ ਗਈ, ਹੁਣ ਤਾਂ ਜਾਗ ਪੈ, ਤੂੰ ਤਾਂ ਮਹਿੰਗਾਈ ਮਾਰਚ ਕੀਤਾ ਸੀ, 10 ਰੁਪਏ ਦੀ ਰੋਟੀ ਤੋਂ ਉਹਨੂੰ ਨੀਂਦਰ ਨਹੀਂ ਸੀ ਆਉਂਦੀ, ਹੁਣ 30 ਦੀ ਰੋਟੀ ਗਰੀਬ ਹੁਣ ਕਿਸ ਤਰ੍ਹਾਂ ਖਾਂਦੇ ਨੇ। ਮੇਰਾ ਸਵਾਲ ਹੈ ਵੀ ਉਹਨੂੰ ਜਾਗਣਾ ਚਾਹੀਦਾ, ਉਹ ਮਹਿੰਗਾਈ ਮਾਰਚ ਜਿਹੜਾ ਉਹਨਾਂ ਨੇ ਕੀਤਾ ਸੀ ਉਹਦੇ ਉੱਤੇ ਹੁਣ ਕਿਉਂ ਖਾਮੋਸ਼ੀ ਇਖਤਿਆਰ ਕੀਤੀ ਹੈ? ਉਹ ਕਿੱਥੇ ਗਏ ਨੇ ਮਗਰਮੱਛ ਦੇ ਆਂਸੂ ਬਹਾਣ ਵਾਲੇ? ਇਤਫਾਕ ਕਰਦੇ ਹੋ? ਬਿਲਕੁਲ 100% ਇਤਫਾਕ ਕਰਨੇ ਆ। ਗਰੀਬ ਨੂੰ ਜਾਗਣਾ ਚਾਹੀਦਾ। ਹਾਂਜੀ, ਮੁਰੀਆ ਜਾਣਾ ਚਾਹੀਦੇ, ਵਾਕਈ ਮਹਿੰਗਾਈ ਹੈ, ਜ਼ਰੂਰਤ ਤੋਂ ਜ਼ਿਆਦਾ ਲੋਕ ਜਿਹੜਾ ਨਹੀਂ ਖਾ ਪੀ ਸਕਦੇ। ਅਸੀਂ ਰੋਟ ਅਸੀਂ ਤੰਦੂਰ ਕਿਹਨੂੰ ਪਾਉਣਾ? ਅਸੀਂ ਤੰਦੂਰ ਦੇ ਕਾਰੀਗਰ ਹਾਂ। ਅੱਛਾ, ਅਸੀਂ ਤੰਦੂਰ ਦੇ ਕਾਰੀਗਰ ਰੋਟੀਆਂ ਲਾਉਂਦੇ ਹਾਂ, ਸਾਡਾ ਖਾਣਾ ਪੀਣਾ ਸਭ ਕੁਝ ਫਰੀ ਹੈਗਾ, ਲੇਕਿਨ ਜਿਹੜੀ ਦੂਸਰੀ ਆਵਾਮ ਖਾਣ ਪੀਣ ਆਉਂਦੀ ਇੱਕ ਇੱਕ ਚੀਜ਼ ਉਹਨਾਂ ਵਾਸਤੇ ਮੁਸ਼ਕਲ ਆ। ਤੇ ਇਹ ਬੰਦਾ ਮਹਿੰਗੀ ਰੋਟੀ ਦੇ ਰਿਹਾ ਜੀ? ਨਹੀਂ ਕਰਨਾ, ਮੇਰੀ ਗੱਲ ਸੁਣੋ, ਮਹਿੰਗੀ ਕੀ ਤੋਂ ਦੇ ਰਿਹਾ? 170 ਰੁਪਏ ਕਿਲੋ ਆਟਾ ਤੇ ਜਿਹੜਾ ਉਹ ਵਿਕਦਾ ਸੀ 70 ਰੁਪਏ 80 ਰੁਪਏ ਕਿਲੋ, ਤੇ ਜੇ 100 ਰੁਪਏ ਕਿਲੋ ਆਟਾ ਵੱਧ ਗਿਆ, ਮਹਿੰਗਾਈ ਹੋਈ। ਹੁਣ ਮੈਂ ਕਹਿ ਰਿਹਾ ਕਿ ਬੀਬੀ ਮਰੀਆਂ ਮੈਂ ਇਹਦੇ ਉੱਤੇ ਰੋਲਾ ਪਾਵੇ ਕਿ ਜੀ ਮਹਿੰਗਾਈ ਹੋ ਗਈ ਹੈ। ਕੌਣ ਕਰੇਗਾ ਸਹੀ, ਵੋਟ ਕਿਹਨੂੰ ਪਾਉਣਾ ਹੈ? ਫੈਸਲਾ ਇਲੈਕਸ਼ਨ ਸਿਰ ਤੇ ਨੇ। ਇੱਕ ਮਿੰਟ ਮੇਰੀ ਗੱਲ ਸੁਣੋ, ਤੁਸੀਂ ਹੁਣ ਸੱਚੀ ਗੱਲ ਪੁੱਛੋ ਨਾ, ਵੋਟ ਦੇ ਕਾਬਲ ਹੈਗਾ ਕਿਹੜਾ ਮੈਨੂੰ ਦੱਸੋ? ਕਿਹਨੂੰ ਦੇਣਾ ਫਿਰ? ਹੁਣ ਇਲੈਕਸ਼ਨ ਸਿਰ ਤੇ ਆ ਗਏ ਨੇ, ਵੋਟ ਦੇ ਕਾਬਲ ਹੈਗਾ ਕਿਹੜਾ? ਅੱਜ ਇੱਕ ਨਵਾਂ ਵਾਅਦਾ, ਇੱਕ ਕੰਪਨੀ, ਇੱਕ ਨਵੀਂ ਪਾਰਟੀ ਉੱਠਦੀ, ਉਹ ਕਹਿੰਦੀ ਜੀ ਅਸੀਂ ਮੁਫਤ 300 ਯੂਨਿਟ ਦੇਵਾਂਗੇ। ਉਹ ਮੇਰਾ ਮਤਲਬ ਦੱਸੋ ਤਾਂ ਸਹੀ, 300 ਯੂਨਿਟ ਤੇ ਉਹ 300 ਦੇ ਕਿਸ ਨਾ ਸਕਦੇ ਹੋ? ਕੋਈ ਲਾਜਕ ਉਹਦਾ ਬਣਦਾ ਕਿ ਖਾਲੀ ਖਾਬ ਹਾਣ ਖਾਬ ਉਹ ਵੇਖ ਲਏ? ਅਸੀਂ ਅਨਪੜ੍ਹ ਜਿਹੜੇ ਵੱਡੇ ਸਨ ਉਹਨਾਂ ਵੇਖ ਲਏ, ਉਹਨਾਂ 'ਚ ਹੁਣ ਪਿਛਲੀਆਂ ਉਮਰਾਂ ਨੇ। ਇਸ ਦਫ਼ਾ ਵੋਟ ਨਹੀਂ ਪਾਉਣਾ ਕਿਸੇ ਨੂੰ? ਨਹੀਂ ਨਹੀਂ, ਤੁਸੀਂ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਬਿਲਕੁਲ ਸਹੀ ਕਹਿ ਰਹੇ ਨੇ। ਉਹ ਭੈਣ ਜੀ ਮੇਰੇ ਘਰ ਦਾ 18 ਯੂਨਿਟ ਚੱਲੇ ਨੇ, 230 ਰੁਪਏ ਬਿੱਲ ਆਇਆ ਤੇ 1800 ਰੁਪਏ ਟੈਕਸ ਆਇਆ। ਅਸੀਂ ਬਿਜਲੀ ਚਲਾਈ ਦੀ ਹੈ ਮਾਚਸ ਲੱਭਣ ਵਾਸਤੇ, ਬਸ ਫੇਰ ਹੀ 18 ਯੂਨਿਟ ਚੱਲਣਗੇ। ਕਿਹਨੂੰ ਵੋਟ ਪਾਉਣਾ ਹੈ? ਕਿਉਂਕਿ ਕਿਸੇ ਦੀ ਤਾਂ ਹਕੂਮਤ ਲੈ ਕੇ ਆਉਣੀ ਹੈ ਨਾ, ਕੌਣ ਇਸ ਆਵਾਮ ਵਾਸਤੇ ਬਿਹਤਰ? ਅਗਰ ਮੇਰਾ ਪੈਗਾਮ ਇਲੈਕਸ਼ਨ ਕਮਿਸ਼ਨ ਤੱਕ ਜਾ ਸਕਦਾ ਹੈ ਨਾ, ਜਮਹੂਰੀਅਤ ਦਾ ਮਤਲਬ ਕੀ ਹੈ? ਅਗਰ ਰਾਏ, ਠੀਕ ਹੈ, ਮੇਰੇ ਹਲਕੇ ਦੇ ਵਿੱਚ ਅਗਰ 10 ਡਾਕੂ ਖੜ੍ਹੇ ਨੇ ਤਾਂ ਇਲੈਕਸ਼ਨ ਕਮਿਸ਼ਨ ਮੈਨੂੰ ਕਿਉਂ ਮਜਬੂਰ ਕਰ ਦੇ ਕਿ ਮੈਂ 10 ਚੋਂ ਸਿਲੈਕਟ ਕਰ? ਇੱਕ 11ਵਾਂ ਖਾਨਾ ਖਾਲੀ ਕਿਉਂ ਨਹੀਂ ਰੱਖਦੇ? ਜਾ ਕੇ ਉੱਥੇ ਮੈਂ ਆਪਣੀ ਰਾਏ ਦੇ ਆਵਾਂ ਕਿ ਵੀ ਮੈਨੂੰ ਤਾਂ ਇਹ ਸਿਸਟਮ ਪਸੰਦ ਹੀ ਨਹੀਂ ਹੈ। ਕੁਰਾਨ ਪਾਕ ਕਹਿ ਰਿਹਾ ਭਾਂ ਜੀ, ਹਲ ਜੱਸਾ ਬਿੱਲਾ ਦੀਨਾ ਜੀ ਆਲਮੂਨਾ ਬੱਲਾ ਦੀਨਾ ਲਾ ਜੀ ਆਲਮੂਨ, ਕਿਆ ਤੁਮੇ ਜੋ ਪੜ੍ਹਾ ਲਿਖਾ ਹੈ ਔਰ ਜੋ ਨਹੀਂ ਪੜ੍ਹਾ ਲਿਖਾ ਹੈ ਉਹ ਬਰਾਬਰ ਹੋ ਸਕਦਾ ਹੈ? ਤੁਸੀਂ ਦੱਸੋ, ਹੋ ਸਕਦੇ ਬਰਾਬਰ? ਤੁਹਾਡੇ ਅੱਜ ਮਾਈਕ ਔਰ ਕੈਮਰਾਮੈਨ, ਇਹ ਦੋਨੋਂ ਅਲੱਦਾ ਅਲੱਦਾ ਸਲਾਹਤਾਂ ਨੇ, ਤੁਸੀਂ ਬਰਾਬਰ ਹੋ ਸਕਦੇ ਜੇ? ਰਾਏ ਦਾ ਮਤਲਬ ਜੇ ਸਿਸਟਮ 'ਚ ਅੱਕ ਗਏ ਹੋ? ਬਿਲਕੁਲ ਭਾਂ ਜੀ, ਅੱਕ ਗਏ। ਮੇਰੀ 45-46 ਸਾਲ ਉਮਰ ਹੋ ਗਏ ਨੇ, ਸਾਰੇ ਬਜ਼ੁਰਗ ਮੇਰੇ ਉਮਰ ਦੇ ਹੁਣ ਨੇ, ਠੀਕ ਹੈ, ਇਹੀ ਚਿਹਰੇ ਨੇ ਬੇਟਾ ਜੀ। ਤੁਸੀਂ ਕੱਲ੍ਹ ਪੈਦਾ ਹੋਏ ਜੇ ਪਹਿਲੇ ਜਨਾਬ, ਇਹਨਾਂ ਚਿਹਰਿਆਂ ਨੇ ARD ਬਣਾਈ, ਇਹਨਾਂ ਚਿਹਰਿਆਂ ਨੇ ਟਾਂਗਾ ਪਾਰਟੀ ਬਣਾਈ, ਇਹਨਾਂ ਚਿਹਰਿਆਂ ਨੇ ਨੋਸਤਾਰ ਬਣਾਏ, ਇੰਜੀਆਂ ਨੇ ਜਨਾਬ, ਇਹਨਾਂ ਚਿਹਰਿਆਂ ਨੇ। ਇਹ ਜਿਹੜੀ ਪਾਰਟੀ ਹੈ ਨਾ, ਇਹ ਲੁਟੇਰਿਆਂ ਦੀ ਪਾਰਟੀ ਹੈ। ਕਿਹੜੀ ਪਾਰਟੀ? ਇਹ ਮੁਸਲਿਮ ਲੀਗ, ਜਿਉਂ ਸ਼ੁਰੂ ਤੋਂ ਲੈ ਕੇ ਇਹਨਾਂ ਨੇ ਦੁਨੀਆ ਨੂੰ ਲੁੱਟਿਆ। ਫਿਰ ਹੁਣ ਕਿਹਨੂੰ ਵੋਟ ਪਾਉਣਾ? ਆਪਣੇ ਵੋਟ ਨਹੀਂ ਪਾਉਣਾ, ਬਾਈਕਾਟ।